ਆਪਾਂ ਆਪਣੇ ਵੱਡੇ-ਵਡੇਰਿਆਂ ਦੇ ਮੂੰਹੋਂ ਕਈ ਗੱਲਾਂ ਸੁਣੀਆਂ ਨੇ ਉਹਨਾਂ ਤੇ ਅਮਲ ਕਰਦੇ ਸੀ ਤੇ ਜ਼ਿੰਦਗੀ ਨੂੰ ਸੋਖੇ ਢੰਗ ਨਾਲ ਜਿਉਂਦੇ ਸੀ ਜੇਕਰ ਅੱਜ ਆਪਾਂ ਉਹਨਾਂ ਦੀਆਂ ਉਹਨਾਂ ਗੱਲਾਂ ਨੂੰ ਹੀ ਮੰਨ ਲਈਏ ਤਾਂ ਜ਼ਿੰਦਗੀ ਹੋਰ ਸੁਖਾਲੀ ਹੋ ਜਾਵੇਗੀ ਆਓ ਅੱਜ ਉਹਨਾਂ ਵਿੱਚੋਂ ਕੁਝ ਗੱਲਾਂ ਤੇ ਵਿਚਾਰ ਕਰਦੇ ਹਾਂ ਸਭ ਤੋਂ ਪਹਿਲੀ ਗੱਲ ਕਿਹਾ ਜਾਂਦਾ ਹੈ ਕਿ ਪੋਚੇ ਦੇ ਪਾਣੀ ਵਿੱਚ ਨਾ ਨਿੰਮ ਦੇ ਪੱਤੇ ਮਿਲਾਉਣ ਨਾਲ ਕਰੋ ਦਲਿੱਦਰ ਤੇ ਰੋਗ ਕੋਹਾਂ ਦੂਰ ਹੋ ਜਾਂਦਾ ਹੈ ਇਹ ਕਿਵੇਂ ਹੁੰਦਾ ਹੈ ਇਹ ਵੀ ਜਾਣਾਂਗੇ ਅਗਲੀ ਗੱਲਕਹਿੰਦੇ ਪੀਕੇ ਸਮਾਂ ਇਸ ਸਮੇਂ ਤੇ ਕਦੀ ਵੀ ਘਰ ਪੋਚਾ ਨਹੀਂ ਲਾਉਣਾ ਚਾਹੀਦਾ ਉਹ ਗੱਲ ਕਰਾਂਗੇ ਕਿਹੜਾ ਸਮਾਂ ਕਿਹਾ ਜਾਂਦਾ ਹੈ ਦਲਿੱਦਰ ਉਸ ਕਰੋ ਕੋਹਾਂ ਦੂਰ ਰਹਿੰਦੇ ਜਿੱਥੇ ਇਹਨਾਂ ਗੱਲਾਂ ਦਾ ਖਾਸ ਕਰਕੇ ਧਿਆਨ ਰੱਖਿਆ ਜਾਂਦਾ ਹੈ ਅੱਜ ਆਪਾਂ ਗੱਲ ਕਰਾਂਗੇ ਵੀ ਪੋਚਾ ਲਾਉਂਦੇ ਸਮੇਂ ਕਿਹੜੀ-ਕਿਹੜੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਤੇ ਐਸਾ ਕੀ ਕਰੀਏ ਜਿਸ ਦੇ ਨਾਲ ਘਰ ਤੰਨਉਣ ਦੇ ਨਵੇਂ ਰਾਹ ਖੁੱਲ ਜਾਣ ਭਾਵ ਮਨੁੱਖ ਦੀ ਤਰੱਕੀ ਹੋਵੇ ਬਿਹਾਰ ਪਾਸੋਂ ਉਹਨੂੰ ਚੰਗੀ ਖਬਰ ਮਿਲੇ ਕਈ ਲੋਕ ਜਾਣੇ ਅਣਜਾਣੇ ਇਹ ਗਲਤੀਆਂ ਕਰ ਬੈਠਦੇ ਜਿਸ ਨਾਲ ਘਰ ਗਰੀਬੀ ਆ ਜਾਂਦੀ ਇਸ ਲਈ ਪੋਚਾ ਲਾਉਂਦੇ ਸਮੇਂ ਇਹ ਚੀਜ਼ਾਂ ਪਾਣੀ ਵਿੱਚ ਪਾਓ ਜਿਸ ਨਾਲ ਘਰ ਧੰਦੀ ਵਰਖਾ ਹੋਵੇਗੀ ਕਿਹਾ ਜਾਂਦਾ ਹੈ ਕਿ ਘਰ ਜਦੋਂ ਵੀ ਪੋਚਾ ਲਾਉਣਾ ਹੈ ਤੇ ਇਹ ਚੀਜ਼ ਪਾਣੀ ਵਿੱਚ ਜ਼ਰੂਰ ਪਾਓ ਇਹਦੀ ਵਰਤੋਂ ਜ਼ਰੂਰ ਕਰੋ ਧਨ ਤੇ ਧਨ ਨਾਲ ਘਰ ਪਰਿਆ ਰਹੇਗਾ ਸਭ ਤੋਂ ਪਹਿਲੀ ਗੱਲ ਕਹਿੰਦੇ ਵੀ 12 ਵਜੇ ਤੋਂ ਬਾਅਦ ਕਦੇ ਵੀ ਘਰ ਵਿੱਚ ਪੋਚਾ ਨਾ ਲਾਓ ਜੇਕਰ ਘਰ ਵਿੱਚ ਸੁੱਖ ਸ਼ਾਂਤੀ ਮਾਇਆ ਦਾ ਵਾਸ ਚਾਹੀਦਾ ਹੈ ਤੇ ਘਰ ਵਿੱਚ ਸਵੇਰ ਦੇ ਸਮੇਂ ਹੀ ਪੋਚਾ ਲਾਣਾ ਚਾਹੀਦਾ ਹੈ ਐਵੇਂ ਕਰਨ ਨਾਲ ਸਕਾਰਾਤਮਕ ਪ੍ਰਭਾਵ ਪੈਂਦਾ ਹੈ ਧੰਨ ਦੇ ਨਵੇਂ ਸਰੋਤ ਬੰਦਿੰ ਇਸ ਲਈ ਸਵੇਰ ਸਮੇਂ ਹੀ ਘਰ ਵਿੱਚ ਤੁਸੀਂ ਪੋਚਾ ਲਾਓ ਤੇ ਉਦੋਂ ਹੀ ਸਾਫ਼ ਕਰੋ ਦੂਜੀ ਗੱਲ ਇਹ ਕਹਿੰਦੇ ਨਿੰਮ ਦੇ ਪੱਤਿਆਂ ਨੂੰ ਤੋੜ ਕੇ ਥੋੜੇ ਜਿਹਾ ਪਾਣੀ 'ਚ ਉਬਾਲ ਕੇ ਉਸ ਪਾਣੀ ਦੇ ਨਾਲ ਤੁਹਾਨੂੰ ਘਰ 'ਚ ਪੋਚਾ ਲਾਉਣਾ ਚਾਹੀਦਾ ਹੈ ਭਾਵੇਂ ਹਫ਼ਤੇ ਵਿੱਚ ਇੱਕ ਵਾਰੀ ਕਰੋ ਇਸ ਨਾਲ ਕਰੋ ਸਾਰੇ ਰੋਗ ਤੇ ਦਿਲਿੱਦਰ ਦੂਰ ਹੋ ਜਾਣਗੇ ਘਰ ਵਿੱਚ ਕੋਈ ਵੀ ਛੋਟਾ ਬੱਚਾ ਉਹ ਫਿਰ ਕਦੀ بیمار ਨਹੀਂ ਹੋਵੇਗਾ ਨਿੰਮ ਦੇ ਪੱਤਿਆਂ ਵਿੱਚ ਕਿੰਦੀ ਬਹੁਤ ਤਾਕਤ ਹੈ ਉਹ ਕਈ ਕੀੜੇ ਬੈਕਟੀਰੀਆ ਇਹਨਾਂ ਦਾ ਨਾਸ ਹੀ ਕਰ ਦਿੰਦੀ ਇੱਥੋਂ ਤੱਕ ਕਿ ਨਕਾਰਾਤਮਕ ਸ਼ਕਤੀਆਂ ਆਸ-ਪਾਸੇ ਵੀ ਨਹੀਂ ਪਟਕਣ ਦਿੰਦੇ ਜਿਸ ਨਾਲ ਘਰ ਸੁੱਖ ਸ਼ਾਂਤੀ ਤੇ ਸਮਰiddhi ਬਣੀ ਰਹਿੰਦੀ ਜਿਹੜਾ ਇਹ ਦੋ ਗੱਲਾਂ ਤੇ ਅਮਲ ਕਰਦਾ ਉਹਦੇ ਘਰ ਆਪੇ ਦਿਲਿੱਦਰ ਕਦੀ ਵੀ ਨਹੀਂ ਆਉਂਦਾ ਤੇ ਉਹਦੇ ਘਰ ਸੁੱਖ ਹਮੇਸ਼ਾ ਵਾਸ ਕਰਦਾ